ਲਾਲ ਦਰਵਾਜ਼ਿਆਂ ਨੂੰ ਵੀ ਮਾਰਨਾ ਨਾ, ਪਤਾ ਨੀ ਕੀ ਆ ਰਿਹਾ, ਨਹੀਂ ਨਹੀਂ ਇੱਥੇ ਇੱਦਾਂ ਹੀ ਰਹਿਣੀ ਆ, ਇੰਦਰ ਖੁਸ਼ ਨਹੀਂ ਹੁੰਦੀ। ਮੈਂ ਯੂਟਿਊਬ 'ਤੇ ਚੈਨਲ ਬਣਾਇਆ ਵੀ ਯਾਦ, ਹਾਂ ਅੱਛਾ ਯਾਰ ਮੋਟਰਸਾਈਕਲ ਦੇ ਬਾਰੇ ਕੋਈ ਇਨਫਾਰਮੇਸ਼ਨ? ਸਾਦਾ ਨੂੰ ਆਉਣ ਦੀ ਲੋੜ ਆ ਬਸ, ਉਹ ਕਹਿੰਦਾ ਆਸਫ, ਮੈਂ ਕਿਹਾ ਆਸਫ ਨੂੰ ਤੂੰ ਰਹਿਣ ਦੇ, ਨਹੀਂ ਭੱਟੀ ਰੰਗ ਮਿਕਸ ਕੀਆ ਹੋਇਆ ਡਾਰਕ ਗ੍ਰੇ ਕਲਰ ਅੱਛਾ ਲੱਗਦਾ ਦੂਜਾ ਨੂੰ, ਹੈ ਜ਼ਿਆਦਾ ਸੋਹਣੀ ਹੈ ਇਸ ਰੰਗ ਆ ਗਿਆ ਨਾ, ਹਾਂ ਇਹ ਵੀ ਚੰਗਾ ਲੱਗਦਾ। ਨਾਲੇ ਤੇ ਹੋਰ ਵੀ ਮਸਲਾ ਨਾ ਇਹ ਹੈ, ਇਹ ਤਾਂ ਉਹ ਝਰੀਟਾਂ ਝਰੂਟਾਂ ਮਹਿਸੂਸ ਨਹੀਂ ਹੁੰਦੀਆਂ ਕਿ ਨਹੀਂ, ਪੱਟੀ ਤੋਂ ਲਾਏਗਾ ਬਾਅਦ ਚ ਰੰਗ ਪੈਟਰੋਲ ਨਾਲ ਲਾ ਦੇਣੀ ਕਿਹੜੀ, ਆਹ ਪੱਟੀ ਸਾਫ ਕਰ ਦੇ ਬਾਬੂ ਮਾਰ ਯਾਰ, ਕੱਲ ਹੀ ਰੰਗ ਲਾਇਆ ਕਰਨਾ ਹੋਟਲ, ਆਹ ਸਪੀਕਰ ਤਾਂ ਲਾ ਲੈਣਗੇ ਭੈਣ ਚੋਦ,
ਅੱਛਾ ਯਾਰ ਇੱਕ ਚੀਜ਼ ਦਾ ਭੈਣ ਰੰਗ ਵੱਜ ਗਿਆ ਚੀਜ਼ ਭੈਣ ਜ਼ੀਰੋ ਹੋ ਜਾਂਦੀ ਹੈ ਹੈ ਬਾਈ ਸਾਹਿਬ ਜੀ ਕਿਉਂਕਿ ਉਹ ਸਿਆਣੇ ਕਹਿੰਦੇ ਆ ਨਾ ਚੱਲ ਹਰ ਬੰਦਾ ਗੱਲ ਅੰਦਰ ਵੀ ਆ ਖੜਕਾਓ ਸਾਰਾ ਹੀ ਹਲਕਾ ਹਲਕਾ ਮਾਰ ਦੋ ਬਸ ਪੱਟਿਆ ਜਾਵਾ ਰਿਕੁਆਇਰਮੈਂਟ ਥੋੜ੍ਹੀ ਬਹੁਤ ਜਿਹੜੀ ਪੂਰੀ ਕਰੀਏ ਉਹਨਾਂ ਦੀ ਇਹਨੂੰ ਅੱਗੇ ਕੱਢ ਲੈਂਦੇ ਹਾਂ ਹੈਲੋ ਥੱਲੇ ਮਾਰ ਥੋੜਾ ਜਿਹਾ ਮਾਰ ਜਾ ਜਾਂ ਛਡਾ ਉਹਦੇ ਨਾਲ ਪੂੰਜੇ ਛੁੰਜੇ ਪੂੰਜੇ ਛੁੰਜੇ ਲਾ ਵਾ ਉੱਤੇ ਆਉਣਾ ਹੀ ਮੇਰਾ ਇੱਥੇ ਲਾ ਜੀ ਬਾ ਇੱਥੇ ਲਾ ਦੇ ਬਸ ਰਾਣੇ ਪਾ